ਕੋਈ ਹਰਜ ਨਹੀਂ ਕੁਲ ਖਾਣੀ ਖਾਦੀ ਕੋਈ ਹਰਜ ਨਹੀਂ ਜੁਮੇਰਾਤ ਵਾਲੇ ਦਿਨ ਲੱਗੇ ਗਏ ਉੱਥੇ ਬਾਦਸ਼ਾਹ ਕੋਈ ਸ਼ੈ ਪੱਕੀ ਪੇ ਵਤ ਉੱਠ ਨਾ ਸਕਦੇ ਅਸੇ ਜੇ ਉੱਠ ਹਾਂ ਬਰਾਦਰੀ ਵਾਲੇ ਉਂਗਲੀਆਂ ਖੜੀਆਂ ਕਰੇ ਨਾ ਨਿਸ਼ਾਨਾ ਬਣਾ ਕੇ ਕਹਨ ਉਹ ਵੇਂਦਾ ਪਿਆਵੇਂ ਵਹਾਬੀ ਉਹ ਵੇਂਦਾ ਪਿਆਵੇਂ ਗੁਸਤਾਖ ਚਾਵਲ ਨਹੀਂ ਖਾਂਦਾ ਤੇ ਰਸਮ ਰਿਵਾਜ ਨਹੀਂ ਮੰਨਦਾ ਇਹ ਬਜ਼ੁਰਗਾਂ ਦੇ ਦਿਨ ਲੋਕਾਂ ਦੀ ਲਾਨ ਤਾਨ ਤੋਂ ਬਚਣ ਵਾਸਤੇ ਖਾ ਗਿਆ 6-7 ਪਲੇਟਾਂ ਇਕੱਠੀਆਂ ਅੱਲਾ ਦੇ ਪਾਕ ਪੈਗੰਬਰ ਪਤਾ ਕੀ ਫਰਮਾਉਂਦੇ ਨੇ ਇਹੋ ਜਿਹੇ ਬੰਦੇ ਵਾਸਤੇ ਅੱਲਾ ਦੇ ਰਸੂਲ ਨੇ ਫਰਮਾਇਆ ਕਬਲ ਅੱਲਾਹ ਲੈ ਸਾਹਿਬਾਂ ਬਿਦਅਤਾਂ ਜਿਹੜਾ ਬੰਦਾ ਇਹੋ ਜਿਹੀਆਂ ਬਿਦਅਤ ਦਾ ਕੰਮ ਕਰ ਲਵੇ ਇਹੋ ਜਿਹੇ ਬਿਦਅਤ ਵਾਲੇ ਕੰਮ ਸ਼ਰੀਕ ਹੋ ਵਣੇ ਅੱਲਾ ਦਾ ਰਸੂਲ ਫਰਮਾਉਂਦਾ ਇਹੋ ਜਿਹੇ ਬੰਦੇ ਦੀ ਸੌ ਮਨ ਰੋਜ਼ਾ ਵੀ ਅੱਲਾ ਕਬੂਲ ਨਹੀਂ ਕਰੇਂਦਾ ਵਲਾ ਸਲਾ ਤਨੂ ਦੀ ਨਮਾਜ਼ ਵੀ ਕਬੂਲ ਨਹੀਂ ਕਰੇਂਦਾ ਵਲਾ ਉਮਰਾ ਤਨੂ ਦਾ ਉਮਰਾ ਵੀ ਕਬੂਲ ਨਹੀਂ ਕਰੇਂਦਾ ਵਲਾ ਹਜਨ ਅੱਲਾ ਦਾ ਹਜ ਵੀ ਕਬੂਲ ਨਹੀਂ ਕਰੇਂਦਾ ਵਲਾ ਜਿਹਾਦਨ ਅੱਲਾ ਦਾ ਜਿਹਾਦ ਵੀ ਕਬੂਲ ਨਹੀਂ ਕਰੇਂਦਾ ਵਲਾ ਸਰਫਨ ਵਲਾ ਅਦਲਨ ਅੱਲਾਹ ਦਾ ਨਫਲੀ ਇਬਾਦਤ ਹੀ ਕਬੂਲ ਨਹੀਂ ਕਰੇਂਦਾ ਉਹ ਫਰਜ਼ ਨਮਾਜ਼ ਖਲਾ ਪੜਦਾ ਹੋਵੇ ਤੇ ਅੱਲਾ ਫਰਮਾਉਂਦਾ ਧੁਰ ਧੁਰ ਚਖੇ ਚਖੇ ਫਿੱਟੇ ਫਿੱਟੇ ਪਿੱਛੇ ਨਿਕਲਵਾਂ ਆਇਆ ਕੇ ਕਰਾਣੇ ਪੇਟ 'ਚ ਹਰਾਮ ਪਾ ਕੇ ਆਇਆ ਖਾਣੇ ਤੇ ਅੱਲਾਹੁ ਅਕਬਰ ਨਾਰੇ ਦਬਾਈ ਖਲੋਤਾ ਪੇਟ 'ਚ ਹਰਾਮ ਦੀਆਂ ਰੋਟੀਆਂ ਪਾਈ ਖਲੋਤਾ ਘਰ ਮੇਰੇ ਆਇਆ ਖਾਣਾ ਹੈ ਤੇ ਆ ਕੇ ਤਕਬੀਰਾਂ ਖਲਾ ਪੜਦਾ ਹੈ ਆ ਕੇ ਅਜ਼ਾਨਾਂ ਖਲਾ ਪੜਦਾ ਹੈ ਆ ਕੇ ਇਕਾਮਤਾਂ ਖਲਾਦਾ ਹੈ ਆ ਕੇ ਸਜਦੇ ਪਿਆ ਕਰੇਂਦਾ ਹੈ ਤਾਂ ਨਬੀ ਕਰੀਮ ਨੇ ਫਰਮਾਇਆ ਮਤਾਮ ਹੂ ਹਰਾਮਨ ਮਲਬਸ ਹੂ ਹਰਾਮਨ ਮਸ਼ਰਬ ਹੂ ਹਰਾਮਨ ਅੰਨਾ ਯੁਸਤਜਾਮ ਲਾਉ ਲੋਕਾਂ ਦੇ ਸਾਰੀਆਂ ਦੁਆਵਾਂ ਕਬੂਲ ਨਹੀਂ ਹੁੰਦੀਆਂ ਮੰਗਤੇ ਤੇ ਰਾਂਦੇ ਪਰ ਕੋਈ ਨਤੀਜਾ ਨਹੀਂ ਨਿਕਲਦਾ ਅੱਲਾ ਦੇ ਰਸੂਲ ਅੱਲਾ ਕਿਵੇਂ ਦੁਆ ਕਬੂਲ ਹੋਵੇ ਜਿਹੜੇ ਵੇਲੇ ਤੇਰੀ ਖਿਜ਼ਾ ਹਰਾਮ ਦੀ ਏ ਜਿਹੜੇ ਵੇਲੇ ਤੇਰਾ ਲਿਬਾਸ ਹਰਾਮ ਦਾ ਏ ਜਿਹੜੇ ਵੇਲੇ ਤੇਰੇ ਖਾਣੇ ਤੇ ਪੀਣੇ ਹਰਾਮ ਦੇ ਨੇ ਇਹ ਹਰਾਮ ਦੇ ਨਾਲ ਆਪਣੇ ਜਿਸਮ ਨੂੰ ਠਾਪਿਆ ਹੋਏ ਕੱਪੜੇ ਪਹਿਣੀ ਤੇ ਹਰਾਮ ਦੇ ਰੋਟੀਆਂ ਖਾਦੀਆਂ ਨਹੀਂ ਤੇ ਹਰਾਮ ਦੇ ਪਾਣੀ ਪੀਤੇ ਨਹੀਂ ਤੇ ਹਰਾਮ ਦੇ ਇਹ ਹਰਾਮ ਦਾ ਕਿਸਾ ਗਿਜ਼ਾ ਬਣਾ ਕੇ ਆਪਣੇ ਜਿਸਮ ਨੂੰ ਪਾਲਿਆ ਸੰਭਾਲਿਆ ਹੋਏ ਅੱਲਾ ਦੇ ਰਸੂਲ ਫਰਮਾਉਂਦੇ ਜਿਹੜੇ ਵੇਲੇ ਇਹ ਬੰਦਾ ਅੱਲਾ ਦੇ ਦਰਬਾਰੇ ਚਾਵੇ ਤੇ ਆਦੇ ਅੱਲਾ 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 ਉਹ ਜਿਤਨੀ ਵਾਰੀ ਅੱਲਾ ਅੱਲਾ ਆਖੇ ਅੱਲਾ ਫਰਿਸ਼ਤਾ ਮੁਕਰਰ ਕਰ ਦਿੰਦਾ ਫਰਿਸ਼ਤੇ ਨੂੰ ਆਦੇ ਉਹਦੇ ਉੱਤੇ ਆਖੀ ਰੱਖ ਤੇਰੇ ਉੱਤੇ ਲਾਨਤ ਹੋਵੇ ਅੱਲਾ ਦੀ ਤੇਰੇ ਉੱਤੇ ਲਾਨਤ ਹੋਵੇ ਅੱਲਾ ਦੀ ਤੇਰੇ ਉੱਤੇ ਲਾਨਤ ਹੋਵੇ ਅੱਲਾ ਦੀ ਅੱਲਾ ਦੇ ਪਾਕ ਪੈਗੰਬਰ ਨੇ ਫਰਮਾਇਆ ਇਹੋ ਜਿਹੇ ਬੰਦੇ ਵਾਸਤੇ ਨਾ ਅੱਲਾ ਨੇ ਨਮਾਜ਼ ਕਬੂਲ ਕਰਨੀ ਨਾ ਰੋਜ਼ਾ ਕਬੂਲ ਕਰਨਾ ਨਾ ਉਮਰਾ ਤੇ ਹਜ ਕਬੂਲ ਕਰਨਾ ਨਾ ਫਰਜ਼ੀ ਤੇ ਨਫਲੀ ਇਬਾਦਤ ਕਬੂਲ ਕਰਨੀ ਹੈ ਕਬੂਲ ਤਾਂ ਆਪਣੀ ਜਗ੍ਹਾ ਤੇ ਹੋ ਗਈ ਯਖਰੁਜੁ ਮਿਨਲ ਇਸਲਾਮ ਕਮਾ ਤਖਰੁਜੁ ਸ਼ਾਰਤ ਮਿਨਲ ਅਜੀਨ ਅੱਲਾ ਦੇ ਪਾਕ ਰਸੂਲ ਵਰਮਨ ਇਸਲਾਮ ਵਿੱਚੋਂ ਇਹੋ ਜੀਆਂ ਬਿਦਤਾਂ ਤੇ ਰਸਮਾਂ ਸ਼ਰੀਕ ਹੋਣ ਵਾਲਾ ਇਵੇਂ ਨਿਕਲ ਵੇਂਦਾ ਜਿਵੇਂ ਆਟੇ ਚੋਂ ਵਾਲ ਨਿਕਲ ਵਣੇ।